ਏ ਮਾਈ ਕਪੂਰੀ ਆਪ ਕਿਉਂ ਰੋਏ ਹੋ ਜਰਾ ਸੱਚ ਬਤਾ। ਬਾਬਾ ਸ਼ਿਵ ਸ਼ੰਕਰ ਮਹਾਰਾਜ ਨੇ ਮਾਂ ਕਪੂਰੀ ਕੇ ਦੁਆਰਾ ਅਲਖ ਜਾਗਾ ਅਲਖ ਜਾਗਾ ਸਭੀ ਦੁੱਖ ਬਾਗਾ ਮੈਂ ਸੁਫਲ ਵਸਿਓ ਤੇਰਾ ਪਰਿਵਾਰ ਪੁੱਤਰ ਖੇਲਾਂਗੇ ਤੇਰੇ ਬਾਰ ਮਾਈ ਔਰ ਲਗੀ ਰਹਾ ਗਲਜਾਰ ਸਦਮ ਸੁਣਿਆ ਮਾਈ ਨੇ ਮਾਤਾ ਕਪੂਰੀ ਚੱਲ ਰੋਡੀ ਦਰਵੇ ਬਾਬਾ ਜੀ ਆਦੇਸ਼ ਜੁੰਦਰ ਹੋ ਬੇਟਾ ਮਾਂ ਕਾ ਮਾਂਦਰਵੇਸ ਲਗਾ ਸੰਤੋ ਕਾ ਉਪਦੇਸ਼ ਬਾਬਾ ਜੀ ਧੰਨ ਭਾਗ ਮਾਰੇ ਮਰ ਕੋ ਦਰਸ਼ਨ ਹੋਏ ਥਾਰੇ ਨਾ ਰੋਵਾ ਨਾ ਰੋਵਾ ਮਾਈ ਜਰਾ ਸੱਚ ਬਤਾਓ ਬਾਤ ਆਪ ਕਿਉਂ ਰੋਏ ਬਾਬਾ ਜੀ ਸ਼ਹਿਰ ਖੜਕੜੀ ਗਿਰ ਰਾਣੀ ਕਪੂਰੀ ਹੈ ਮੇਰਾ ਨਾਮ ਮੇਰੇ ਪਾਸ ਸੰਤਾਨ ਨਹੀਂ ਲਾਦ ਨਹੀਂ ਮੇਰੇ ਪਾਸ ਇਹ ਮਾਈ ਜਰਾ ਸੁਣ ਮੇਰੀ ਬਾਤ ਜੇ ਹਮ ਤੇਰੇ ਕੋ ਕੁਛ ਬਤਾਵਾ ਕੋਈ ਸੇਵਾ ਬਤਾਵਾ ਕੋਈ ਦਾਨ ਪੁੰਨ ਬਤਾਵਾ ਆਪ ਕਰਾਂਗੇ ਕਿ ਹਾਂਜੀ ਜ਼ਰੂਰ ਕਰਾਂਗੇ ਫਿਰ ਸੁਣ ਮੇਰੀ ਬਾਤ ਸਮੈਲ ਜੋਗੀ ਕੀ ਤੇਰੇ ਕੋ ਸੇਵਾ ਕਰਨੀ ਪੜਾਗੀ ਜੇਕਰ ਤੇਰੀ ਭਗਤੀ ਕੇ ਅੰਦਰ ਸ਼ਕਤੀ ਹੋਈ ਸਮੈਲ ਜੋਗੀ ਤੇਰੇ ਦੁਆਰਾ ਆਵਾਂਗੇ ਉਹੀ ਤੇਰੇ ਕੋ ਪੁੱਤਰ ਵਰਦਾਨ ਕਿ ਅੱਛਾ ਕਿਹਾ ਸਮੈਲ ਜੋਗੀ ਦੀ ਸੇਵਾ ਸ਼ਿਵ ਸ਼ੰਕਰ ਭੋਲੇ ਨਾਥ ਕੇ ਕਹਿਣੇ ਸੇ ਮਾਤਾ ਕਪੂਰੀ ਨੇ ਲਗਾਈ ਸੇਵਾ ਕਰੀ ਦਿਨ ਰਾਤ ਸਮੈਲ ਜੋਗੀ ਕਿਉਂ ਨਾ ਬਣਾਓ ਜੋਗੀ 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 ਜਾਨੇ
ਸੁਮੈਲ ਵਜੋਂ ਮਾਤਾ ਕਪੂਰੀ ਸਮੈਲ ਜੋਗੀ ਦੀ ਸੇਵਾ ਕਰਦੀ ਹੈ। ਧੁਣਾ ਲੱਗਿਆ ਵੀ ਬੰਗਾਲ ਦੇਸ਼ ਵਿੱਚ ਸਮੈਲ ਜੋਗੀ ਕੋ ਮਲੂਮ ਹੋ ਜਾਂਦੀ ਹੈ। ਡੇਰਾ ਠਹਿ ਲਿਆ ਮਾਤਾ ਕਪੂਰੀ ਕੀ ਆਸਾ ਤ੍ਰਿਸ਼ਨਾ ਪੂਰੀ ਕਰਨੇ ਕੇ ਲਈ। ਡੇਰਾ ਚਲ ਗਿਆ ਸਮੈਲ ਜੋਗੀ ਦਾ, ਦੂਦੂ ਕੇ ਨਾਦ ਬਦਲੇ ਜਾ ਰਹੇ ਔਰ ਜ਼ਿਲ੍ਹਾ ਜਲੋਰ ਸ਼ਹਿਰ ਖੜਕੜੀ ਕੇ ਅੰਦਰ ਸਮੈਲ ਜੋਗੀ ਜਮਾਤ ਸਮੇਤ ਪਹੁੰਚ ਜਾਂਦਾ ਹੈ। ਮਾਤਾ ਕਪੂਰੀ ਕੇ ਰਾਜ ਮਹਿਲ ਗਾੜੀ ਅਲਖ ਜਗਾ ਦੀ ਬਾਬਾ ਜੀ ਨੇ ਸਦਨ ਮਾਤਾ ਕਪੂਰੀ ਨੇ ਇਹ ਅਲਖ ਜਾਗਾ ਸਵੀ ਦੁੱਖ ਭਾਗਾ ਮਾਈ ਸੁਫਲ ਵਸਿਓ ਤੇਰਾ ਪਰਿਵਾਰ ਪੁੱਤਰ ਖੇਲਾਂਗੇ ਤੇਰੇ ਬਾਰ ਲੱਗੀ ਰਹਾ। ਮਾਤਾ ਕਪੂਰੀ ਨੇ ਸਦਨ ਨੂੰ ਸੁਣਿਆ ਲੇਖਾ ਅੰਨ ਕਾ ਦਾਨ ਸਮੈਲ ਜੋਗੀ ਕੇ ਪਾਸ ਆ ਜਾਤੀ ਹੈ। ਬਾਬਾ ਜੀ ਆਦੇਸ਼ ਜੁੰਦਰ ਹੋ ਬੇਟਾ ਮਾਂ ਖਾਵਾਂ ਦਰਵੇਸ਼ ਲਗਾ ਸੰਤੋਗਾ। ਇਹ ਮਾਈ ਕਿਆ ਦਾਨ ਲੇਖਾ ਕਿਤਨੇ ਗਲਾਲ ਤੇਰੇ ਰਾਜ ਮਹਿਲ ਮਹਿਲ ਜਾਰੋ ਜਾਰ ਰੋਣ ਲੱਗੀ ਜਿਸ ਟਾਈਮ ਔਲਾਦ ਕੀ ਬਾਤ ਆਈ ਕਿ ਬਾਬਾ ਜੀ ਮੇਰੇ ਪਾਸ ਕੋਈ ਸੰਤਾਨ ਨਹੀਂ, ਮੇਰੇ ਪਾਸ ਕੋਈ ਔਲਾਦ ਨਹੀਂ ਹੈ,